ਸਤਿ ਸ਼੍ਰੀ ਅਕਾਲ ਜੀ ਸਾਰੇ ਜਣਿਆਂ ਨੂੰ, ਹੋਪਫੁਲ ਤੁਸੀਂ ਠੀਕ ਠਾਕ ਹੋ ਗਏ। ਸਵਾਗਤ ਹੈ ਆਪਣੇ ਚੈਨਲ 'ਤੇ ਜਿਹਦਾ ਨਾਮ ਕਿ ਜਸ਼ਨ ਗਿੱਲ ਵਲੋਗਸ। ਅਤੇ ਅੱਜ ਦਾ ਵਲੋਗ ਹੈਗਾ ਆਪਣਾ, ਇੰਨੀ ਜ਼ਿਆਦਾ ਸਵੇਰ ਦੀ, ਪਤਾ ਕਿੰਨੇ ਦਿਨ ਸਾਡੇ ਘਰ ਦੇ ਉਠਾਇਆ ਸਾਨੂੰ 6 ਵਜੇ ਦਾ, 6 ਵਜੇ ਉੱਠ ਕੇ ਘਰ ਦੀ ਪੂਰੀ ਸਾਫ਼ ਸਫਾਈ ਕਰਨ ਡੇ। ਇੰਨਾ ਜ਼ਿਆਦਾ ਖਲਾਰਾ, ਦੱਸਿਓ ਕਿਹਨੂੰ ਕਿਹਨੂੰ ਖਲਾਰਾ ਨਹੀਂ ਪਸੰਦ। ਅਤੇ ਅੱਜ ਆਪਾਂ ਸਫਾਈ ਕਰਨ ਡੇ ਹਾਂ, ਪਰ ਇਹ ਸਫਾਈ ਕਾਹਤੋਂ ਕਰਨ ਡੇ ਹਾਂ ਇਹ ਆਪਾਂ ਤੁਹਾਨੂੰ ਦੱਸਦੇ ਹਾਂ। ਕੱਲ੍ਹ ਹੈਗਾ ਆਪਣੇ ਘਰ ਪਾਠ, ਸੁਖਮਨੀ ਸਾਹਿਬ ਜੀ ਦਾ, ਬਾਬਾ ਜੀ ਨੇ ਆਉਣਾ ਕੱਲ੍ਹ ਆਪਣੇ ਘਰ ਵਿੱਚ, ਅਤੇ ਕੱਲ੍ਹ ਆਪਣੇ ਪਾਠ ਆ। ਇਹਦੇ ਕਰਕੇ ਆਪਾਂ ਸਾਰੇ ਘਰ ਦੀ ਸਫਾਈ ਕਰਨ ਡੇ ਹਾਂ, ਕਿਉਂਕਿ ਜਦੋਂ ਦੇ ਮੰਮੀ ਇੱਦਾਂ ਹੋਏ ਆਪਾਂ ਵਰੀਨਾ 'ਤੇ ਕਰਾਤਾ ਸੀ, ਦਸੰਬਰ 'ਚ ਵਰੀਨਾ ਕਰਾਤਾ ਇਹ ਨਵੇਂ ਸਾਲ ਚੜ੍ਹਨ ਤੋਂ ਪਹਿਲਾਂ ਹੀ, ਕਿਉਂਕਿ ਉਦੋਂ ਸਾਨੂੰ ਸਾਰਿਆਂ ਨੇ ਕਿਹਾ ਵੀ ਵਰੀਨਾ ਪਹਿਲਾਂ ਹੀ ਕਰਾ ਲਓ, ਅਤੇ ਉਦੋਂ ਦਾ ਉਸ ਤੋਂ ਬਾਅਦ ਆਪਾਂ ਕੋਈ ਵੀ ਮਤਲਬ ਪਾਠ ਨਹੀਂ ਕਰਾਇਆ। ਅਤੇ ਸਾਨੂੰ ਸਾਰੇ ਕਹਿੰਦੇ ਕੁੜੀ ਦੀ ਪਾਠ ਕਰਾ ਲਓ, ਕੱਲ੍ਹ ਹੋ ਗਈ ਆਪਾਂ ਖੁਸ਼ੀ ਦਾ ਕੰਮ ਕਰਨਾ, ਕੁਝ ਵੀ ਕਰਨਾ ਵਾ, ਇਸ ਕਰਕੇ ਹੁਣ ਆਪਾਂ ਸਫਾਈਆਂ ਕਰਨ ਡੇ ਹਾਂ, ਕਿਉਂਕਿ ਡੈਡੀ ਦੀ ਛੁੱਟੀ, ਜਿਹੜੀ ਛੁੱਟੀ ਆਏ ਅਤੇ ਡੈਡੀ ਦੀ ਛੁੱਟੀ ਖਤਮ ਹੋ ਜੇ ਲੱਗੀ ਆ, ਅਤੇ ਐਂ ਕਿਹਾ ਚਲੋ ਬਾਬਾ ਜੀ ਨੂੰ ਇੱਕ ਵਾਰੀ ਘਰ ਫੇਰਾ ਪਵਾ ਲਈਏ, ਸੁਖਮਨੀ ਸਾਹਿਬ ਜੀ ਦਾ ਪਾਠ ਕਰਾ ਲਈਏ। ਅਤੇ ਬਸ ਇੱਦਾਂ ਹੀ ਸਾਰੇ ਆਪਣੇ ਆਪਣੇ ਕੰਮਾਂ ਕਾਰਾਂ 'ਤੇ ਲੱਗੇ ਆ। ਮੈਂ ਮਤਲਬ ਹਾਲੇ ਆਪਾਂ ਰੋਜ਼ ਸਫਾਈ ਕਰਦੇ ਹਾਂ ਰੋਜ਼, ਠੀਕ ਆ, ਸਾਡੇ ਅੱਜ ਇੱਦਾਂ ਸਫਾਈ ਹੁੰਦੀ ਜਿੱਦਾਂ ਦੀਵਾਲੀ ਹੁੰਦੀ ਆ, ਰੋਜ਼ ਸਫਾਈ ਕਰਦੀ। ਅਤੇ ਇੰਨਾ ਮੈਂ ਘਾਣ ਕੱਢਿਆ ਜੀ ਆਹ ਬਾਲਟੀਆਂ, ਇੰਨਾ ਹਾਲੇ ਮਤਲਬ ਆਪਾਂ ਸਫਾਈ ਕਰਦੇ ਪਤਾ ਨਹੀਂ ਗੰਦ ਕਿੱਥੋਂ ਆ ਜਾਂਦਾ ਇੰਨਾ। ਅਤੇ ਬਸ ਅੰਦਰਾਂ ਦੇ ਵੀ ਹਾਲ, ਫਿਰ ਹੁਣ ਅੱਜ ਆਪਣੀ ਸਾਰੀ ਸਫਾਈ ਹੋ ਜੂਗੀ, ਫਿਰ ਬਾਬਾ ਜੀ ਕੱਲ੍ਹ ਆਉਣਗੇ, ਫਿਰ ਆਪਾਂ ਤੁਹਾਨੂੰ ਹੋਮ ਟੂਰ ਦੇਵਾਂਗੇ। ਜਿਹੜੇ ਸਾਰੇ ਕਹਿੰਦੇ ਦੀਦੀ ਆਪਣਾ ਹੋਮ ਟੂਰ ਵਿਖਾਓ, ਹੋਮ ਟੂਰ ਵਿਖਾਓ। ਅਤੇ ਇਸੇ ਕਰਕੇ ਮੈਨੂੰ ਇਹ ਚਲੋ ਇੱਕ ਵਾਰੀ ਕਲੀਨ, ਕਿਉਂਕਿ ਮੀਂਹ ਮੂੰਹ ਵੀ ਬੜੇ ਪੈਣ ਡੇ, ਅਤੇ ਉਹ ਬਾਅਦ 'ਚੋਂ ਹੋਰ ਤਰ੍ਹਾਂ ਦੀ ਬੜੀ ਹੁੰਦੀ ਗਲਿਚ ਗਲਿਚ ਜੀ, ਅਤੇ ਇਸ ਕਰਕੇ ਅਸੀਂ ਕਿਹਾ ਚਲੋ ਅੱਜ ਸਫਾਈ ਕਰ ਲਈਏ। ਅਤੇ ਚਲੋ ਸਾਰੇ ਵਿਖਾਉਂਦੇ ਕੀ ਕੰਮੇ ਲੱਗੇ ਆ। ਪਹਿਲਾਂ ਤਾਂ ਮੈਨੂੰ ਆਪਣੇ ਘਰ 'ਤੇ ਗੁੱਸਾ ਚੜ੍ਹੀ ਜਾਂਦਾ ਵੀ ਇਹ ਬਣਨ ਕੀ ਡਿਆ, ਕੀ ਕਰਨ ਡੇ, ਹੋ ਗਿਆ ਪਿੱਛੇ ਸਾਫ ਆ ਗਈ। ਅਤੇ ਇੱਧਰ ਹਾਂਜੀ ਜਿਹੜੀ ਤੁਹਾਨੂੰ ਸਾਰੇ ਕਹਿੰਦੇ ਹੋ ਤੁਸੀਂ ਬੜੇ ਇਨੋਸੈਂਟ, ਸੱਚੀ ਇਹ ਮੇਰਾ ਫਾਦਰ ਸਾਹਿਬ ਵੇਖੋ ਕਿੰਨਾ ਕੰਮ ਕਰ ਕਰਕੇ ਭਿੱਜੇ ਪਏ, ਖਲਾਰਾ ਇੰਨਾ ਕਿਤੇ ਘਰ 'ਚ ਪਿਆ ਕੁਸ ਆ ਗਿਆ, ਉੱਧਰ ਵੀ ਸਾਰੇ ਬਹੁਤ ਜ਼ਿਆਦਾ ਵੇ, ਹਾਲੇ ਰੋਜ਼ ਸਫਾਈਆਂ ਕਰਦੇ ਹਾਂ ਅਤੇ ਆਹ ਹਾਲ ਜੇ ਘਰ ਵਿੱਚ, ਕਹਿੰਦੀ ਮਿੱਟੀ ਕਿੱਥੋਂ ਆਉਂਦੀ ਆ ਸੇਕ ਸੂਕ ਜੀ। ਇੱਧਰ ਭਾਬੀ ਝਾੜੂ ਇੱਧਰ ਲਾਉਂਦੇ ਆ, ਨਾਲ ਸਾਰੀ ਸਫਾਈ ਸਫਾਈ ਹੁੰਦੀ ਆ ਇੱਧਰ ਦੀ। ਅਤੇ ਆਹ ਸਾਡੇ ਘਰ ਨਾ ਫਰੂਟ ਇੰਨਾ ਜ਼ਿਆਦਾ ਸੜਦਾ, ਮਤਲਬ ਕੋਈ ਕੱਟ ਕੇ ਦੇ ਦੇ ਯਾਰ ਨੇਕ ਨੂੰ ਦੇ ਦੇ, ਉੱਦਾਂ ਭਾਬੀ ਦੱਸ ਹੀ ਖਾਂਦਾ, ਇੱਦਾਂ ਹੀ ਸਾਡੇ ਪੇ ਸੜਿਆ ਰਹਿੰਦਾ, ਸੜਿਆ ਪਿਆ ਪਿਆ ਸੜ ਜਾਂਦਾ। ਭਾਬੀ ਹੋਰ ਸੁਣਾਓ ਕਿੱਦਾਂ ਲੱਗਣਾ ਕੰਮ ਕਰਕੇ, ਭਾਬੀ ਕੈਸੇ ਲਾ, ਅੱਜ ਨਹੀਂ ਕਹਿ ਸਕਦੀ ਮੈਂ ਕੰਮ ਨਹੀਂ ਕੀਤਾ, ਦੀਦੀ ਡਿਸਕਸ਼ਨ ਜਾਰੀ ਚੱਲਣ ਡੀ, ਮੈਨੂੰ ਕਿਹੜਾ ਕਿਹੜਾ ਚਾਹੀਦਾ, ਮੂੰਗੀ ਦਾ ਕੜਾ, ਡੈਡੀ ਕਹਿੰਦੇ ਬਣਾ ਦਾਂਗੇ ਮੂੰਗੀ ਦਾ ਕੜਾ, ਮੂੰਗੀ ਦਾ ਕੜਾ ਖਾਣਾ, ਠੀਕ ਆ। ਮੈਂ ਪਹਿਲਾਂ ਕੀ ਕਹਿੰਦੀ ਹੁੰਦੀ ਨਿੱਕੀ ਹੁੰਦੀ, ਸ਼ਪੀਲ ਲੱਗੀ ਖੱਟਾ ਕੜਾ ਖਾਣ ਜਾਣਾ, ਖੱਟਾ ਕੜਾ ਖਾਣ ਜਾਣਾ, ਇੱਧਰ ਨੇ ਕੜਾ ਫੋਨ ਨਹੀਂ ਚੜ੍ਹ। ਚਲੋ ਹੁਣ ਇੱਦਾਂ ਲਿਆਉਂਦਾ ਦੀ ਸਫਾਈ ਦਵਾ ਦਵ ਕਰੀਏ, ਸਾਰੀ ਬੜੀ ਆਉਂਦੇ ਹਾਂ ਨਾਨੀ ਜੀ ਨਾਲ, ਉੱਧਰ ਨੇ ਫੋਨ 'ਤੇ ਲੱਗਾ ਨਾਨੀ, ਇੱਧਰ ਕੱਪੜੇ ਦੇ ਤੋਂ ਦੇ ਸਹੀ ਜਾਂਦੇ ਆ ਸਾਰੇ, ਮਤਲਬ ਕਿੰਨਾ ਚਾਅ ਹੁੰਦਾ ਪੂਰਾ, ਆਪਾਂ ਦੀਵਾਲੀ ਵਾਂਗੂ ਸਫਾਈ ਕਰਨ ਡੇ ਹਾਂ। ਤੁਹਾਨੂੰ ਪਤਾ ਅੱਜ ਸਾਡੇ ਦੀਵਾਲੀ 'ਤੇ ਸਫਾਈਆਂ ਨਹੀਂ ਹੋਈਆਂ, ਸਿਰਫ ਥੋੜ੍ਹੀਆਂ 'ਚ ਹੋਈਆਂ ਸੀ, ਕਿਉਂਕਿ ਉਦੋਂ ਮੇਰੀ ਮੰਮੀ ਬਹੁਤ ਜ਼ਿਆਦਾ ਬਿਮਾਰ ਪੈ ਗਈ। ਵਾਹਿਗੁਰੂ ਹਰ ਕੇ ਤਾਂ ਦਿਨ ਤਿਉਹਾਰ ਵਧੀਆ ਆਵੇ, ਵਧੀਆ ਕਰੇ। ਅਤੇ ਚਲੋ ਮੰਮੀ ਕੈਰੀ ਔਨ, ਕੈਰੀ ਔਨ, ਲੱਗੇ ਰਹੋ ਡਿਊਟੀ 'ਤੇ, ਇਹ ਕੰਮ ਛੱਡੀ ਨਾ ਹੁਣ, ਠੀਕ ਆ। ਅਤੇ ਨਾਲੇ ਕੱਲ੍ਹ ਪਰਸੋਂ ਤੁਹਾਨੂੰ ਪਤਾ ਸੌਂ ਚੜ੍ਹ ਜਾਣਾ ਵਾ,
ਇਸ ਕਰਕੇ ਚਲੋ ਫਿਰ ਇਹਨਾਂ ਆਪਾਂ ਕਰਾਤਾ ਇਹ। ਬਾਅਦ ਵਿੱਚ ਮੇਰੇ ਮੰਮਾ ਨੇ, ਮੇਰੇ ਸਾਰੀ ਫੈਮਿਲੀ ਬਾਹਰ ਹੀ ਰਹਿੰਦੀ ਆ, ਅਤੇ ਮੰਮਾ ਮੇਰੇ ਨੇ ਵੀ ਚੱਲ ਜਾਣਾ, ਮੇਰੇ ਮਦਰ ਇਨ ਲਾਅ ਨੇ, ਅਤੇ ਉਹ ਮੇਰਾ ਪਹਿਲਾ ਸੌਣ ਆ, ਅਤੇ ਇਸ ਕਰਕੇ ਉਹਨਾਂ ਨੇ ਮੇਰੇ ਲਈ ਸੌਣ ਲੈ ਕੇ ਆਉਣਾ, ਨਾਲੇ ਕੱਲ੍ਹ ਹੀ ਨਾਲੇ ਸੌਣ ਲੈ ਕੇ ਆਉਣਗੇ ਛੋਟਾ ਜਿਹਾ। ਮਤਲਬ ਆਪਾਂ ਕਿਹਾ ਇੰਨਾ ਵੱਡਾ ਨਹੀਂ ਕਰਨਾ ਕਿਉਂਕਿ ਹਾਲੇ ਮੰਮੀ ਨੂੰ ਸਾਲ ਨਹੀਂ ਹੋਇਆ, ਪਰ ਸਾਰੇ ਆਉਂਦੇ ਚਲੋ ਸੁਹਾਗਣ ਭਾਗਣ ਆ ਥੋੜ੍ਹਾ ਬਹੁਤ ਬਣਦਾ, ਅਤੇ ਫਿਆ ਕਰਕੇ ਥੋੜ੍ਹਾ ਜਿਹਾ ਸੌਣ ਦਾ ਵੀ ਆ, ਅਤੇ ਨਾਲ ਪਾਠ ਆ ਕਰ, ਅਤੇ ਚਲੋ ਵਾਹਿਗੁਰੂ ਇੱਦਾਂ ਹੀ ਜਿਹੜੇ ਮੇਰੇ ਨਾਲ ਉਹਨਾਂ ਦੀਆਂ ਲੰਮੀਆਂ ਉਮਰਾਂ ਕਰਨ, ਅਤੇ ਹਰ ਇੱਕ ਦਾ ਦਿਨ ਤਿਉਹਾਰ ਵਧੀਆ ਆਵੇ। ਅਤੇ ਬਾਅਦ ਵਿੱਚ ਮੰਮੀ ਇਹਨਾਂ ਨੇ ਵੀ ਚੱਲ ਜਾਣਾ ਕਿਉਂਕਿ ਹਸਬੈਂਡ ਮੇਰੇ ਵੀ ਬਾਹਰ ਹੀ ਆ, ਅਤੇ ਸੌਣ ਦਾ ਵਾ ਵੈ ਪਿਛਲੀ ਵਾਰ ਵੀ ਬੜਾ ਵਧੀਆ ਬਣਾਇਆ ਹੈ। ਚਲੋ ਮੰਮੀ ਦੀ ਤਿਉਹਾਰ ਇੱਕ ਤਿਉਹਾਰ 'ਤੇ ਤੁਹਾਨੂੰ ਪਤਾ ਯਾਦ ਆਉਣੀ ਆ, ਭਾਵੇਂ ਤੀਆਂ ਆ ਗਈਆਂ, ਲੋਹੜੀ ਆ ਗਈ, ਦਿਵਾਲੀ ਆ ਗਈ, ਪਰ ਅੰਦਰੋਂ ਨਹੀਂ ਜੀ ਕਰਦਾ ਮਨਾਉਣ ਨੂੰ। ਅਤੇ ਬਸ ਇਹੀ ਆ ਵੀ ਇੰਨਾ ਵੱਡਾ ਨਹੀਂ ਆ, ਜ਼ਿਆਦਾ ਆਪਣਾ ਪਾਠ ਆ ਨੋਰਮਲ। ਮੇਰੇ ਮੰਮਾ ਹੋਣੀ ਵੀ ਆਉਣਗੇ, ਮਦਰ ਇਨ ਲਾਅ ਵੀ, ਉਹਨਾਂ ਨੂੰ ਆਪਾਂ ਮਿਲਾਵਾਂਗੇ, ਅਤੇ ਬਸ ਹੁਣ ਇਹਦੇ ਬਾਅਦ ਮੈਂ ਸਫਾਈ ਕਰ ਲਾਂ ਕਿਉਂਕਿ ਪੀਣਾ ਮੈਨੂੰ ਪਿੱਛੇ ਝਾਟੇ ਵੱਜ ਜਾਣ, ਅਤੇ ਜਲਦੀ ਜਲਦੀ ਉਹਨੂੰ ਕੰਮ ਧੰਦਾ ਕਰਾਂ। ਅਤੇ ਚਲੋ ਫਿਰ ਇੱਦਾਂ ਹੀ ਬਣੇ ਰਹੋ, ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਿਓ, ਅਤੇ ਇੱਦਾਂ ਹੀ ਪਿਆਰ ਦਿੰਦੇ ਰਹੋ, ਕਿਉਂਕਿ ਛੇਤੀ ਮੈਂ ਤੁਹਾਨੂੰ ਇੱਕ ਸਰਪ੍ਰਾਈਜ਼ ਵੀ ਦੇਣਾ, ਕੀ ਪਤਾ ਘਰ ਵਿੱਚ ਕਿਹਦਾ ਵਿਆਹ ਵਾ, ਸਰਪ੍ਰਾਈਜ਼ ਵੀ ਦੇਵਾਂਗੇ, ਅਤੇ ਛੇਤੀ ਵਿਆਹ ਆਉਣ ਵਾਲਾ ਘਰ ਵਿੱਚ ਕਿਸੇ ਦਾ, ਤਾਂ ਹੀ ਆਪਾਂ ਇੱਕ ਵਾਰੀ ਕਿਹਾ ਪਾਠ ਕਰਾ ਲਈਏ, ਅਤੇ ਵਿਆਹ ਆਉਣ ਵਾਲਾ ਵਾ, ਅਤੇ ਉਹ ਵੀ ਤੁਹਾਨੂੰ ਛੇਤੀ ਪਤਾ ਲੱਗ ਜੂ ਵਿਆਹ ਹੈਗਾ ਕਿਹਦਾ ਵਾ। ਅਤੇ ਚਲੋ ਠੀਕ ਆ, ਫਿਰ ਹੁਣ ਮੈਂ ਜਲਦੀ ਜਲਦੀ ਨਾਲ ਕੰਮ ਕਰਾਵਾਂ, ਅਤੇ ਮਿਲਦੇ ਹਾਂ ਫਿਰ ਥੋੜ੍ਹੀ ਚੇਰ ਬਾਅਦ। ਹੋ ਗਈ ਸ਼ੁਰੂ, ਪ੍ਰਾਹੁਣੇ ਆ ਗਏ, ਵੇਲੋ ਮੈਂ ਚਾਦਰ ਆਉਂਦੇ ਨਵੀਂ ਵਿਛਾ ਕੇ ਰੱਖੀ। ਮਾਸੀ ਆ, ਮਾਸੀ ਕਹਿੰਦੇ ਨਾ ਮੇਰੀ ਮੰਮੀ ਵਰਗੀ ਲੱਗਦੀ ਆ, ਮਾਸੀ ਅੱਜ ਮੈਂ ਬਹੁਤ ਕੰਮ ਕੀਤਾ। ਮਾਸੀ ਮੇਰੀ 'ਚ ਕੋਈ ਚੇਂਜਿਸ ਲੱਗਣ ਦੀ ਹੋਵੇ, ਹੋਰ ਉਹਨੂੰ ਪਤਾ ਲੱਗ ਗਿਆ ਤੈਨੂੰ ਮੂੰਹ ਤੋਂ ਭਵਿਸ਼ਵਾਣੀ ਨੀ, ਬੱਦਲ ਹੁੰਦਾ ਰੋਜ਼ ਮੀਂਹ ਪੈਂਦਾ, ਨਾਲੇ ਹੋਣੀ ਫਿਰ ਰੁੱਖ ਟੁੱਟਦੇ ਆ। ਨਾਨੀ ਤੇ ਨਾ ਧੋ ਕੇ ਆ ਗਏ, ਨਾਨੀ ਸਾਰੇ ਕੱਪੜੇ ਧੋ ਪੋਤੇ ਖੇਸ ਸੂਸ ਪਰਦੇ ਪਰਦੇ ਮੰਮੀ ਅੱਜ ਆਪਣੀ ਨੀਂਦ ਦੇ ਕਿੰਨੀ ਵਧੀਆ ਆਉਂਦੀ ਹੈ, ਥੱਕ ਕੇ ਮੇਰਾ ਨੀਂਦ ਨਹੀਂ ਆਉਂਦੀ ਹੁੰਦੀ ਥੱਕੀ ਨੂੰ। ਨਾਨੀ ਤੇ ਰਾਤ ਨੂੰ 2 ਵਜੇ ਉੱਠ ਕੇ ਬਹਿ ਜਾਂਦੀ, ਇੱਕ ਵਾਰੀ ਨਾਨੀ ਤੇ ਮਾਸਟਰ ਨੇ ਪਾਇਆ ਪੌੜੀਆਂ 'ਚ ਪਾਣੀ ਤੇ ਉਹ ਸਾਰਾ ਅੰਦਰ ਆ ਗਿਆ, ਹੁਣ ਵੀ ਆਉਣ ਗਿਆ, ਥੋੜਾ ਥੋੜਾ ਸਹੀ ਹੋ ਗਿਆ। ਦੀਦੀ ਇੱਥੋਂ ਗੈਪ ਹੋਈ ਭਾਂਡਿਆਂ ਦੀ ਸੇਵਾ ਛੱਡ ਕੇ, ਲੀਲੀ ਆ ਮੈਨੂੰ ਕਹਿੰਦੀ ਹੁਣ ਚੱਲ ਚੱਲ ਸਮੁੰਦਰ ਨਾ ਬਣ ਰਿਹਾ ਦਵਾ ਦਵ ਕਰ ਕੰਮ। ਅੱਛਾ ਵੱਡੀ ਤੂੰ ਭੋਲੀ, ਵੱਡੀ ਤੂੰ ਭੋਲੀ ਭਾਲੀ, ਚੱਲ ਉਹ ਸੋਫੇ ਅੰਦਰ ਚੱਲ ਗਿਆ ਈ, ਉੱਥੋਂ ਕੱਢ ਲਾ ਪਾਣੀ, ਖਿੱਚ ਕੇ ਰੱਖ ਕੰਮ ਦਾ। ਰੋਟੀ ਨਹੀਂ ਮਿਲਣੀ ਤੈਨੂੰ ਨਹੀਂ ਤੇ ਅੱਜ
ਨਹੀਂ ਰੋਜ਼ ਬਣਾ ਲੈਂਦੇ ਹਾਂ। ਸੌ ਜਾ ਤੂੰ, ਪਾਣੀ ਬੜਾ ਆ ਗਿਆ ਅੰਦਰ ਤੇ ਉਹਦੇ ਕਰਕੇ ਬਾਹਰ ਦਾ ਤੁਹਾਨੂੰ ਬਾਹਰ ਮੈਂ ਮੇਰੇ ਵੱਲ ਇੱਕ ਚੱਪਲ ਪਾਈ ਕਿ ਨਹੀਂ ਬਾਹਰ ਦਾ ਮੁੱਲ ਤਾਂ ਲਾਗ ਲਾਗ ਭਾਂਡਿਆਂ ਦੀ ਸੇਵਾ ਦੀਦੀ ਨੇ ਕਰ ਲਈ ਤੇ ਰਸੋਈ ਨੂੰ ਚੱਕਾ ਚੱਕ ਕਰਦਾ ਸਾਫ ਭਾਂਡੇ ਹਨਾ ਪਹਿਲਾਂ ਸਾਰੇ ਮਾਰ ਕੇ ਭਾਂਡੇ ਤੇ ਜਿਹੜਾ ਮੈਨੂੰ ਵੀ ਕੰਮ ਦਿੱਤਾ ਮੈਂ ਵੀ ਕਰ ਲਿਆ ਉਹ ਪ੍ਰਾਹੁਣਿਆਂ ਨੂੰ ਆਉਂਦੇ ਕੰਮੇ ਦਾ ਕੋਈ ਨਾ ਪ੍ਰਾਹੁਣੇ ਕਰਦੇ ਹੀ ਆਉਣਾ ਵੀ ਆਉਂਦੇ ਕੁੜੀਆਂ ਨੂੰ ਕੰਮੇ ਲਾ ਤਾ ਮਾਸੀ ਆਈ ਮੇਰੀ ਅਤੇ ਬਸ ਹੁਣ ਬਾਹਰ ਦਾ ਨਿਕਲ ਗਿਆ ਅਤੇ ਭੰਡਿਆ ਹੋ ਗਿਆ ਕੰਮ ਪਿਛਲਾ ਵਿਹੜਾ ਰਹਿ ਗਿਆ ਆਪਣਾ ਕੋਠਾ ਹੋ ਗਿਆ ਸਾਰਾ ਹੋ ਗਿਆ ਮਾਤਵਾਜੀ ਵੀ ਭਰੇ ਹੱਥ ਖੜੇ ਹੋ ਗਏ ਪਰ ਰਾਤ ਨੂੰ ਨੀਂਦ ਬੜੀ ਵਧੀਆ ਆਊ ਲੱਤਾਂ ਪੀੜਾਂ ਹੁੰਦੀਆਂ ਬੜਾ ਬੁਰਾ ਹਾਲ ਹੋਇਆ ਹੱਥ ਤੂੰ ਮੇਰੀ ਲੱਤਾਂ ਵਿਖਾ ਲੱਤਾਂ ਹੁੰਦੀਆਂ ਪੀੜਾਂ ਹੁੰਦੀਆਂ ਅਤੇ ਬਸ ਠੀਕ ਆ ਹੁਣ ਬਹਿੰਦੀ ਅੰਦਰ ਥੋੜ੍ਹੇ ਰਾਹਤ ਮਿਲੇ ਚਲੋ ਰੈਸਟ ਕਰਨਾ ਫਿਰ ਚਲੋ ਆ ਗਿਆ ਇਹ ਮੈਂ ਫੋਟੋ ਬਣਾਈ ਅੱਜ ਹੀ ਆਈ ਆ ਮੈਂ ਚਲੋ ਵਲੌਗ 'ਚ ਵਿਖਾ ਲਈਏ ਆ ਜੇ ਸਾਡੀ ਪੂਰੀ ਫੈਮਿਲੀ ਅਸੀਂ ਚਾਰ ਜਾਣੇ ਪਾਪਾ ਮੈਂ ਮੰਮਾ ਹਰਨੇਕ ਆ ਮੇਰੀ ਕਿਊਟੀ ਮੰਮਾ ਅਤੇ ਇਹ ਹੀ ਫੈਮਿਲੀ ਫੋਟੋ ਬਣਾਈ ਅਤੇ ਇਹ ਲਾਈ ਹੈ ਕਿੱਦਾਂ ਲੱਗਾ ਗਿਫਟ ਭਰੀ ਇਹ ਮੈਂ ਵੀਡੀਓ ਆਪਣੀ ਇੰਸਟਾ 'ਤੇ ਰੀਲ ਵੀ ਪਾਊਂਗੀ ਓਕੇ ਆਰ ਯੂ ਰੈਡੀ ਉਹ ਦੂਜੀ ਮੇਰੀ ਪੁਰਾਣੀ ਇਹ ਮੈਂ ਲਾ ਕੇ ਦੂਜੇ ਜਿਹੜਾ ਸਾਰੇ ਪਕੌੜੇ ਵੱਲ ਹੋ ਗਏ ਮੈਂ ਨਹੀਂ ਅੱਡੀ ਨਹੀਂ ਥੱਕਦੀ ਕਦੀ ਕਹੋ ਅਤੇ ਕਦੀ ਕਹੋਣ ਬਤਾਉਣ ਵਾਲੇ ਅਤੇ ਰਗਨ ਪਕੌੜੇ ਬਣ ਗਏ ਅੱਧੀ ਸਵਾਲ ਅਤੇ ਹੋਸ਼ ਨਹੀਂ ਆਉਣ ਦੀ ਸੌਂਗ ਬੜਾ ਸੁੱਤੀ ਥੱਕ ਗਏ ਮੈਂ ਕੰਮ ਕਰ ਕਰਕੇ ਹੁਣ ਕੱਪੜੇ ਮੇਰੇ ਆ ਗਏ ਥੋੜ੍ਹੇ ਦਿਨ ਰਹਿ ਗਿਆ ਕੰਮ ਕਰਕੇ ਵੇਲੇ ਭਾਵੇਂ ਸੱਚੀ ਛਾੜ ਛੂੜ ਵੀ ਚੜ੍ਹਾ ਤੇ ਪਰਦੇ ਵੀ ਚੜ੍ਹਾ ਤੇ ਸਾਰਾ ਬਸ ਖੇਸ ਰਹਿ ਗਿਆ ਲੈ ਤੇਰੇ ਚਪੇੜ ਮਾਰਾਂ ਫਿਰ ਕੀ ਕਿਹਾ ਸੀ ਅੱਗੇ ਡੈਡੀ ਇਹਨੇ ਸੁੱਤੀ ਉੱਠੀ ਉੱਧਰ ਨਹੀਂ ਗਈ ਕਰੀ ਯਾਰ ਤੂੰ ਡੈਡੀ ਕਰਨ ਵੇਖੀ ਕਿ ਡੈਡੀ ਇੱਧਰ ਰੱਖਿਓ ਇੱਧਰ ਰੱਖਿਓ ਤੇ ਸਹੀ ਆ ਤੂੰ ਚਪੇੜ ਮਾਰੇ ਕਦੇ ਓਵਰ ਐਕਟਿੰਗ ਦੀ ਦੁਕਾਨ ਏਦਾਂ ਕਰਨ ਡੀ ਨਾ ਵਰਨ ਆ ਤੂੰ ਐ ਚਪੇੜ ਮਾਰੇ ਨੂੰ ਹੋਸ਼ ਹੁਸ਼ ਆਵੇ ਪੱਖਾਂ ਡਰ ਆ ਜਾਓ ਸਾਰੇ ਪਕੌੜੇ ਖਾ ਲਓ ਪਿੱਛੇ ਦਾ ਮਾਮਾ ਫੋਟੋ ਵੇਖੀ ਸੱਚ ਕਿਤੇ ਆ ਸੋਹਣੀ ਆ ਚਲੋ ਅਰਬੀ ਵਾਲੇ ਕਿੰਨੇ ਕਿੰਨੇ ਖਾਧੇ ਕਦੀ ਅਰਬੀ ਵਾਲੇ ਆ ਨੌਜਵਾਨ ਮੰਮੀ ਕਚਾਲੂ ਵਰਗੀ ਲੱਗਦੀ ਨਾ ਪਰ ਮੈਨੂੰ ਅਰਬੀ ਕੱਟਣ ਬੁਖਾਰ ਚ ਬੜੀ ਹੁੰਦੀ ਬਹੁਤ ਅਰਬੀ ਵਾਲੇ ਮੇਰੇ ਫੇਵਰੇਟ ਗੋਭੀ ਵਾਲੇ ਪਨੀਰ ਵਾਲੇ ਬਤਾਊ ਵਾਲੇ ਤੇ ਆਲੂ ਵਾਲੇ ਇਹ ਨਹਾ ਧੋ ਲਿਆ ਸਫਾਈ ਆਪਣੀ ਡਨ ਹੋ ਗਈ ਘਰ ਐਨ ਚਮਕਾ ਚਮਕਾ ਮਾਰਨ ਡਿਆ ਅਤੇ ਹੁਣ ਸਾਰੇ ਰੋਟੀ ਪਾਣੀ ਖਾ ਕੇ ਹਟੇ ਆ ਅਤੇ ਹੁਣ ਥੋੜ੍ਹਾ ਘੰਟਾ ਇੱਕ ਰੈਸਟ ਕਰ ਲਈ ਕਿਉਂਕਿ ਇੱਕ ਵੱਜ ਗਿਆ ਜੋ ਸਵੇਰ ਲੱਗੇ ਪੂਰੇ ਕਿੰਨੇ ਘੰਟੇ ਲੱਗੇ 8, 9, 10, 11, 12 5 ਘੰਟੇ ਹੁਣ ਇੱਕ ਵਜੇ ਸਾਰੀ ਰੋਟੀ ਪਾਣੀ ਖਾ ਕੇ ਵਿਹਲੇ ਹੋ ਗਏ
ਚਲੋ ਹੁਣ ਇਹਨੇ ਚੱਲ ਗਿਆ ਸਮਾਨ ਲੈਣ, ਮੈਨੂੰ ਇਹ ਕਹਿਣ ਡਿਆ ਪਰ ਮੇਰਾ ਜੀ ਨਹੀਂ ਕਰਨ ਡਿਆ, ਇਹਨੂੰ ਮੈਂ ਕਹਿ ਕੱਲਾ 'ਚ ਜਾ ਕੇ ਲਾਇਆ। ਆ ਮੇਰੀ ਚਾਹ ਪਈ ਆ, ਆ ਮੇਰੀ ਚਾਹ ਪਈ ਆ ਅਤੇ ਬਸ ਹੁਣ ਤੁਹਾਨੂੰ ਮਿਲਾਂਗੇ ਆਪਾਂ ਅਗਲੇ ਵਲੋਗ ਨਾਲ। ਇਹ ਵਲੋਗ ਲੱਗੇ ਆਪਾਂ ਇੱਥੇ ਐਂਡ ਕਰਨ, ਜੇ ਸਾਡਾ ਵਲੋਗ ਵਧੀਆ ਲੱਗੇ ਲਾਈਕ ਕਮੈਂਟ ਜ਼ਰੂਰ ਕਰ ਲਿਓ, ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਅਤੇ ਬਣੇ ਰਹੋ ਨੈਕਸਟ ਵਲੋਗ 'ਚ। ਬਾਏ ਬਾਏ।